ਇਹ ਤੇ ਪਹੁੰਚੋਗੇ ਚੱਕ 45 ਬਣਦੇ ਆ ਐਕਚੁਅਲੀ ਸਟ੍ਰੀਟ 42 ਹਾਂ ਜੀ ਸਟ੍ਰੀਟ 42 ਸਟ੍ਰੀਟ 42 ਕਿੱਥੋਂ ਨਹੀਂ ਆਏ ਹੋ ਇਹ ਤੇ ਹੁਣ ਆਪਣਾ ਅੱਜ ਲੈ ਕੇ ਆਓ ਮਹਿਮਾਨਾਂ ਵਾਸਤੇ ਚਲੋ ਅੰਦਰ ਮੈਂ ਆਹੋ ਤੁਸੀਂ ਚਲੋ ਅੰਦਰ ਜਾ ਕੇ ਚਾਹ ਬਣਾ ਕੇ ਲੈ ਕੇ ਆਓ ਇਧਰ ਆ ਜਾ ਤੂੰ ਕਿ ਸਿਰ ਤੇ ਫਿਰੋਣੀਆਂ ਬੰਨ ਕੇ ਫਿਰਨ ਡਈ ਇਹ ਹੁਣੇ ਹੋ ਜੇ ਆ ਜਾ ਉਧਰ ਵਾਪਸ ਇਹ ਤੇ ਹੁਣੇ ਹੋ ਜਾ ਰਿਹਾ ਇਹਦਾ ਪਤਾ ਨਹੀਂ ਲੱਗਦਾ ਇਹ ਜਦੋਂ ਪੈਦਾ ਹੋਇਆ ਨਾ ਅੱਛਾ ਇਹਦੇ ਪਿਓ ਨੇ ਇਹਨੂੰ ਬਾਹਾਂ ਤੇ ਪਾ ਕੇ ਨਾ ਤੇ ਮੱਲੇ ਵਾਲੇ ਨੂੰ ਵਿਖਾਇਆ ਕਿ ਦੇਖੋ ਮੇਰੇ ਘਰ ਪੁੱਤਰ ਹੋਇਆ ਮੱਲੇਦਾਰ ਇਹਨੂੰ ਵੇਖ ਕੇ ਅੱਬੇ ਨੂੰ ਕਹਿੰਦੇ ਚਾਚਾ ਸੁਣਦੇ ਪਤਾ ਨਹੀਂ ਕਿਉਂ ਸੁਣਦੇ ਚਾਚਾ ਸਹੀ ਗੱਲ ਏ ਤੇ ਜਦੋਂ ਇਹ ਪੈਦਾ ਹੋਇਆ ਇਹਦੀ ਅੰਮੀ ਨੇ ਇਹਨੂੰ ਵੇਖ ਕੇ ਕਿਹਾ ਕਿਆ ਹੂਆ ਮੈਂ ਤੁਹਾਨੂੰ ਬਤਾਊਗਾ ਕਿ ਉੱਪਰ ਵਾਲੇ ਖਾਣੇ ਕਿ ਨੀਚੇ ਵਾਲੇ ਖਾਣੇ ਨੂੰ
ਫਿਰ ਕੱਲ ਹੀ ਬਾਰ ਬਾਰ ਆ ਜਾਣਾ। ਮੈਂ ਸਿਰਫ ਪੁੱਛਣਾ ਸੀ ਵੀ ਤੇਜ਼ ਕਿ ਹਲਕੀ। ਮੇਰੀ ਮੇਰੇ ਰੰਗ ਦੇ ਹਿਸਾਬ ਨਾਲ ਬਣਾ ਦੇ, ਆਪਣੀ ਸਾਥੀ ਉਹਦੇ ਰੰਗ ਦੇ ਹਿਸਾਬ ਨਾਲ ਬਣਾ। ਠੀਕ ਹੈ ਜੀ। ਅੱਛਾ ਜੀ ਭਾਜੀ, ਮਾਸ਼ਾਅੱਲਾ ਵਾਹਵਾ ਬਿਜ਼ਨਸਮੈਨ ਤੁਸੀਂ, ਬੜੀ ਖੁਸ਼ੀ ਹੋਈ ਤੁਹਾਡੇ ਨਾਲ ਮਿਲ ਕੇ। ਦੂਰੋਂ ਦੂਰੋਂ ਲੋਕ ਆਉਂਦੇ ਮਿਲਣ ਵਾਸਤੇ ਮੈਨੂੰ। ਸਰਦਾਰ ਜੀ ਆਇਆ ਕਿ ਗੁਰੂ ਹਾਂਜੀ ਕੀ ਹਾਲ ਏ? ਠੀਕ। ਤੇ ਆਪਣਾ ਕਾਰੋਬਾਰ ਹੈ? ਅਮਰੀਕਾ ਚ ਬਿਲਡਿੰਗ ਨੂੰ ਲੱਗੀ ਅੱਗ। ਅੱਛਾ। ਰੈਸਕਿਊ ਵਾਲੇ ਆਏ। ਅੱਛਾ। ਉਹਨਾਂ ਚ ਇੱਕ ਸਰਦਾਰ ਸੀ, ਬੜਾ ਜਵਾਨ ਸੀ ਰੈਸਕਿਊ ਵਾਲਾ। ਅੱਛਾ। ਸਰਦਾਰ ਕਹਿੰਦਾ ਮੈਂ ਥੱਲੇ ਖਲੋਣਾ, ਉੱਤੇ ਚੜ ਕੇ ਤੁਸੀਂ ਬੰਦੇ ਸਿੱਟੀ ਜਾ ਫੜਾ ਮੈਨੂੰ ਜਾਣੇ ਦਾ ਸਾਰੇ। ਸਰਦਾਰ ਜੀ ਥੱਲੇ ਖਲੋ ਗਏ, ਉੱਤੇ ਚੜ ਕੇ ਬੰਦੇ ਸਿੱਟੀ ਦੇ ਠਾ ਠਾ, ਅਰਬੀ ਸੁੱਟਿਆ, ਅੰਗਰੇਜ਼ ਸੁੱਟਿਆ, ਸਰਦਾਰ ਜੀ ਨੇ ਸਾਰੇ ਫੜ ਲਏ। ਇੱਕ ਉਹਨਾਂ ਸੁੱਟਿਆ ਕਾਲਾ ਅਫਸੀ, ਸਰਦਾਰ ਜੀ ਨੇ ਫੜਿਆ ਹੀ ਨਾ ਠਾ ਥੱਲੇ ਵਜਾ। ਉਹ ਉਤਰੇ ਕਹਿੰਦੇ ਸਰਦਾਰ ਜੀ ਇਹਨੂੰ ਕੋਈ ਨੀ ਫੜਿਆ। ਸਰਦਾਰ ਜੀ ਕਹਿੰਦੇ ਤੁਹਾਨੂੰ ਪਹਿਲੇ ਕਿਹਾ ਵੀ ਸੜੇ ਸੜੇ ਪਾਸੇ ਲਾਈ ਜਾਓ। ਬਾਤ ਲੰਬੀ ਛੱਡ ਦਿੱਤੀ ਜੀ। ਆਓ ਮੈਂ ਨਾਲ ਨੂੰ ਅੰਦਰ ਲੈ ਕੇ
ਅੱਛਾ ਜੀ ਚਲੋ ਮਹਿਮਾਨੋ ਕੋ ਘਰ ਵੇਖਨੇ ਜੀ ਅਸੀਂ ਯਾਰ ਤੂੰ ਮੈਨੂੰ ਸਮਝ ਨਹੀਂ ਆਉਂਦੀ ਕਿਤੇ ਅਵਾਨ ਟੋਨ ਨੂੰ ਹੌਲੈਂਡ ਨਹੀਂ ਕਿਹਾ ਜਾਂਦਾ ਹਮਾਰਾ ਘਰ ਹੈ ਅਮੀਰ ਤੇ ਦੋ ਪਾਈਪਾਂ ਸੋ ਦੇ ਹੈ ਜੇ ਕਿਉਂ ਨਹੀਂ।